ਪ੍ਰੋਬੰਜਾਵ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲੇ ਦਾ ਕਾਤਲ ਕਪਿਲ ਪੰਡਿਤ ਹੁਣ ਪੁਲਿਸ ਕੋਲ ਇੱਕ ਤੋਂ ਇੱਕ ਵੱਧ ਖੁਲਾਸੇ ਕਰ ਰਿਹਾ ਦੱਸ ਦਈਏ ਕਿ ਲੌਰੈਂਸ ਦੇ ਵੱਲੋਂ ਸਲਮਾਨ ਖਾਨ ਦੀ ਰੈਕੀ ਕੀਤੀ ਗਈ ਸੀ ਤੇ ਉਸ ਤੇ ਜਿਹੜਾ ਹੁਣ ਮੂੰਹ ਖੋਲਿਆ ਕਪਲ ਪੰਡਿਤ ਨੇ ਕਿਉਂਕਿ ਕੱਲ ਨੇਪਾਲ ਬਾਰਡਰ ਤੋਂ ਤਿੰਨੋਂ ਗ੍ਰਿਫਤਾਰ ਹੁੰਦੇ ਨੇ ਨਾਲ ਦੀਪਕ ਮੁੰਡੀ ਹੁੰਦਾ ਤੇ ਰਜਿੰਦਰ ਜੋਕਰ ਹੁੰਦਾ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਜਿਹੜੀ ਹੈ ਮਾਨਸਾ ਲੈ ਕੇ ਆਂਦੀ ਹੈ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਜਾਂਦਾ ਤੇ 7 ਦਿਨਾਂ ਦਾ ਰਿਮਾਂਡ ਪੰਜਾਬ ਪੁਲਿਸ ਨੂੰ ਹਾਸਲ ਹੁੰਦਾ ਤੇ ਉਸ ਤੋਂ ਜਿਹੜਾ ਨਵੇਂ ਖੁਲਾਸੇ ਹੋਣੇ ਹੁਣ ਸ਼ੁਰੂ ਹੋ ਗਏ ਨੇ ਸਿੱਧੂ ਮੂਸੇਵਾਲਾ ਕਤਲ ਦੇ ਤਾ ਦੱਸ ਦਿਆ ਕਿ ਸਲਮਾਨ ਖਾਨ ਨੂੰ ਵੀ ਲੈ ਕੇ ਖੁਲਾਸੇ ਕੀਤੇ ਗਏ ਨੇ ਸਲਮਾਨ ਖਾਨ ਦੇ ਹੁਣ ਤੱਕ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦੇ ਵੱਲੋਂ ਲਾਰੈਂਸ ਬਿਸ਼ਨੋਈ ਦੇ ਕੈਨ ਤੇ ਚਾਰ ਬਾਰ ਜਿਹੜੀ ਆ ਰੈਕੀ ਹੋ ਗਈ ਤੇ ਚਾਰ ਬਾਰ ਮਾਰਨ ਦਾ ਪਲਾਨ ਸਲਮਾਨ ਖਾਨ ਨੂੰ ਹੁਣ ਤੱਕ ਬਣਾਇਆ ਗਿਆ ਸੀ ਤਾ ਦੱਸ ਦਿਆ ਕਿ ਸਲਮਾਨ ਖਾਨ ਨੂੰ ਬਣਾ ਮਾਰਨ ਦੇ ਲਈ ਇੱਕ ਮਹਿੰਗੀ ਰਾਈਫਲ ਖਰੀਦੀ ਗਈ ਲਾਰੈਂਸ ਬਿਸ਼ਨੋਈ ਦੇ ਵੱਲੋਂ 4 ਲੱਖ ਰੁਪਏ ਦੀ ਕੀਮਤ ਦੱਸੀ ਜਾਂਦੀ ਹੈ ਇਸ ਰਾਈਫਲ ਦੀ ਤੇ ਇਸ ਨੂੰ ਸ਼ੂਟਰ ਸੰਪਤ ਨਹਿਰਾ ਨੂੰ ਦਿੱਤਾ ਗਿਆ ਤੇ ਸੰਪਤ ਨਹਿਰਾ ਨੂੰ ਹੀ ਜਿਹੜਾ ਦੋ ਵਾਰ ਮੁੰਬਈ ਭੇਜਿਆ ਗਿਆ ਸਲਮਾਨ ਖਾਨ ਦੀ ਰੈਕੀ ਕਰਵਾਈ ਗਈ ਤੇ ਕਿਹਾ ਜਾਂਦਾ ਹੈ ਕਿ ਇੱਕ ਵਾਰ ਜਦੋਂ ਸਲਮਾਨ ਖਾਨ ਦੀ ਰੈਕੀ ਦੌਰਾਨ ਸਲਮਾਨ ਖਾਨ ਨੂੰ ਸ਼ੂਟ ਕਰਨਾ ਸੀ ਤਾਂ ਪਹਿਲਾ ਜਿਹੜੀ ਪਿਸਟਲ ਸੀ ਸੰਪਤ ਨਹਿਰਾ ਕੋਲੋਂ ਪਿਸਟਲ ਦੀ ਜਿਹੜੀ ਹੈ ਇੰਨੀ ਮਾਰ ਨਹੀਂ ਸੀ ਇੰਨੀ ਦੂਰ ਤੱਕ ਮਾਰ ਨਹੀਂ ਸੀ ਕਿ ਸਲਮਾਨ ਖਾਨ ਤੱਕ ਨਿਸ਼ਾਨਾ ਲੱਗ ਸਕਦਾ ਉਸ ਤੋਂ ਬਾਅਦ ਉਸ ਨੂੰ ਵਾਪਸ ਮੋੜਨਾ ਪਿਆ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਤੋਂ ਲਾਰੈਂਸ ਬਿਸ਼ਨੋਈ ਨੂੰ ਜਿਹੜਾ ਦੱਸਿਆ ਜਾਂਦਾ ਹੈ ਕਿ ਸਲਮਾਨ ਖਾਨ ਜਿਹੜਾ ਬਚ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਸਲਮਾਨ ਖਾਨ ਨੂੰ ਮਾਰਨ ਦੇ ਲਈ ਇੱਕ ਹੋਰ ਪਲੈਨ ਬਣਾਇਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਲਾਰੈਂਸ ਬਿਸ਼ਨੋਈ ਦੁਬਾਰਾ ਫਿਰ ਤੋਂ ਆਪਣੇ ਚਾਰਪਸੂਟਰ ਸੰਪਤ ਨਹਿਰਾ ਨੂੰ ਜਿਹੜਾ ਭੇਜਦਾ ਸੰਪਤ ਨਹਿਰਾ ਨੂੰ ਮੁੰਬਈ ਭੇਜਦਾ ਤੇ ਮੁੰਬਈ ਭੇਜ ਕੇ ਜਿਹੜਾ ਉਸ ਨੂੰ ਇੱਕ 4 ਲੱਖ ਦੀ ਮਹਿੰਗੀ ਪਿਸਤਲ ਮਹਿੰਗੀ ਪਿਸਤਲ ਰਾਈਫਲ ਲੈ ਕੇ ਭੇਜਿਆ ਜਾਂਦਾ ਜਿਸ ਦੀ ਕਿਹਾ ਜਾਂਦਾ ਕਿ ਜਿਸ ਦੀ ਦੂਰੀ ਕਾਫੀ ਦੂਰੀ ਮੰਨੀ ਜਾਂਦੀ ਹੈ ਜਿਸ ਦੀ ਮਾਰ ਕਾਫੀ ਦੂਰੀ ਤੱਕ ਤੈਅ ਕਰਦੀ ਸੀ ਤੇ ਉਸ ਤੋਂ ਬਾਅਦ ਸਮਾਨ ਖਾਨ ਨੂੰ ਜਿਹੜਾ ਮਾਰਨ ਦੇ ਲਈ ਹੁਣ ਤੱਕ ਚਾਰ ਵਾਰ ਪਲੈਨਿੰਗ ਬਣਾਈ ਗਈ ਹੈ ਲਾਰੈਂਸ ਬਿਸ਼ਨੋਈ ਦੇ ਵੱਲੋਂ ਦੱਸ ਦਈਏ ਕਿ ਕਾਲਾ ਹਿਰਨ ਮਾਰਨ ਦੇ ਜਿਹੜਾ ਮਾਰਨ ਦੇ ਦੋਸਤ ਦੇ ਵਿੱਚ ਪਹਿਲਾਂ ਤੋਂ ਹੀ ਤਰੀਕਾ ਵੀ ਭੁਗਤ ਰਿਹਾ ਸਮਾਨ ਖਾਨ ਤੇ ਬਿਸ਼ਨੋਈ ਪਰ ਜੇ ਗੱਲ ਕਰੀਏ ਬਿਸ਼ਨੋਈ ਪਰੰਪਰਾਵਾਂ ਦੀ ਤਾਂ ਬਿਸ਼ਨੋਈ ਜਿਹੜਾ ਬਿਸ਼ਨੋਈ ਪਰਿਵਾਰ ਹੈ ਬਿਸ਼ਨੋਈ ਜਿਹੜੇ ਕਬੀਲੇ ਹੁੰਦੇ ਨੇ ਤਾਂ ਇਹ ਜਿਹੜਾ ਕਾਲੇ ਹਿਰਨ ਨੂੰ ਜਿਹੜਾ ਪੂਜਦੇ ਨੇ ਤੇ ਉਸ ਤੋਂ ਬਾਅਦ 2018 ਦੇ ਵਿੱਚ ਜਦੋਂ ਜੋਧਪੁਰ ਪੇਸ਼ੀ ਸੀ ਲੌਰਸ ਬਿਸ਼ਨੋਈ ਦੀ ਦਾ ਪੇਸ਼ਗੀ ਦੌਰਾਨ ਉਸਨੇ মিডিਆ ਨੂੰ ਜਿਹੜਾ ਗੱਲਬਾਤ ਕਰਦਾ ਹੈ মিডিਆ ਨੂੰ ਦੱਸਿਆ ਸੀ ਕਿ ਸਲਮਾਨ ਖਾਨ ਨੂੰ ਮਾਰਾਂਗੇ ਹੁਣ ਉਸ ਕਿਉਂਕਿ ਕਾਲੇ ਹਿਰਨ ਕਰਕੇ ਜਿਹੜਾ ਕਾਲੇ ਹਿਰਨ ਦਾ ਸ਼ਿਕਾਰ ਸਲਮਾਨ ਖਾਨ ਦੇ ਵੱਲੋਂ ਕੀਤਾ ਗਿਆ ਸੀ ਚਾਹਤੋਂ 20 ਦੇ ਕਰੀਬ ਸਾਲ ਪਹਿਲਾਂ ਉਸ ਦੇ ਮਾਮਲੇ ਤਹਿ ਜਿਹੜਾ ਲੌਸ ਬਿਸ਼ਨੋਈ ਨੇ ਕਿਹਾ ਸੀ ਕਾਲੇ ਹਿਰਨ ਨੂੰ ਉਸਨੇ ਮਾਰਿਆ ਤੇ ਅਸੀਂ ਜਿਹੜਾ ਲੌਸ ਬਿਸ਼ਨੋਈ ਜਿਹੜਾ ਸਾਰਾ ਬਿਸ਼ਨੋਈ ਜਿਹੜੀ ਰੀਤੀ ਰਿਵਾਜ ਅਨੁਸਾਰ ਜਿਹੜਾ ਇਹ ਕਾਲੇ ਹਿਰਨ ਨੂੰ ਪੂਜਦਾ ਤਾਂ ਉਸਨੇ ਕਿਹਾ ਸੀ ਕਿ ਇਸ ਦੇ ਮਾਮਲੇ ਤਹਿ ਜਿਹੜਾ ਸਲਮਾਨ ਖਾਨ ਨੂੰ ਬਖਸ਼ਾਂਗੇ ਨਹੀਂ ਹੁਣ ਸਾਡਾ ਅਗਲਾ ਨਿਸ਼ਾਨਾ ਸ ਜਿਹਾ ਕਿਹਾ ਸੀ ਲੌਰੈਂਸ ਬਿਸ਼ਨੋਈ ਨੇ 2018 ਦੇ ਵਿੱਚ ਜਦੋਂ ਦੀ ਜੋਧਪੁਰ ਪੇਸ਼ੀ ਸੀ ਤੇ ਪੁਲਿਸ ਨੂੰ ਜਿਹੜਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਉਸਨੇ ਬਿਆਨ ਦਿੱਤੇ ਸੀ ਉਸ ਤੋਂ ਬਾਅਦ ਇਹ ਗੱਲ ਕਰਦਿਆਂ ਸਲਮਾਨ ਖਾਨ ਨੂੰ ਲਗਾਤਾਰ ਥ्रेट ਪਰਸੈਪਸ਼ਨ ਵੀ ਦਿੱਤੀ ਗਈ ਸੀ ਜਿਹੜਾ ਲੌਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਕਿਉਂਕਿ ਸਲਮਾਨ ਖਾਨ ਦੇ ਘਰ ਤੱਕ ਜਿਹੜਾ ਚਿੱਠੀਆਂ ਪਹੁੰਚਾਈਆਂ ਗਈਆਂ ਲੈਟਰ ਛੱਡੇ ਗਏ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਵੀ ਜਿਹੜਾ ਲੈਟਰ ਦੇ ਵਿੱਚ ਮੈਂਸ਼ਨ ਕਰਕੇ ਲਿਖਿਆ ਗਿਆ ਕਿ ਉਹਨਾਂ ਨੂੰ ਵੀ ਜਿਹੜਾ ਹੋ ਸਕਦਾ ਹੈ ਕਿ ਟਾਰਗੇਟ ਕੀਤਾ ਜਾਵੇ ਤਾਂ ਦੱਸ ਦੇ ਕਿ ਉਸ ਤੋਂ ਬਾਅਦ ਸਲਮਾਨ ਖਾਨ ਨੇ ਇੱਕ ਰਿਵਾਲਵਰ ਵੀ ਜਿਹੜਾ ਰਵਾਲਬਰ ਵੀ ਲਿਆ ਸੀ ਲਸਨਸੀ ਰਵਾਲਬਰ ਵੀ ਜਿਹੜਾ ਖਰੀਦਿਆ ਸੀ ਤੇ ਨਾਲ ਹੀ ਜਿਹੜਾ ਬੰਬਈ ਕਮਿਸ਼ਨਰ ਦੇ ਕੋਲੋਂ ਜੋ ਜਾ ਕੇ ਸਲਮਾਨ ਖਾਨ ਸਿਕਿਉਰਟੀ ਲਈ ਵੀ ਚਿੰਤਾ ਜ਼ਾਹਰ ਕਰਦੇ ਨੇ ਤੇ ਇੱਕ ਬੁਲਟ ਪ੍ਰੂਫ ਗੱਡੀ ਵੀ ਜਿਹੜਾ ਸਲਮਾਨ ਖਾਨ ਨੂੰ ਪ੍ਰੋਵਾਈਡ ਕੀਤੀ ਗਈ ਸੀ ਤਾਂ ਦੱਸ ਦੇ ਕਿ ਹੁਣ ਸਲਮਾਨ ਖਾਨ ਨੂੰ ਮਾਰਨ ਦੇ ਲਈ ਜਿਹੜਾ ਸਚਨ ਧਾਪਨ ਜਿਹੜਾ ਲਾਰੈਂਸ ਦਾ ਭਾਣ ਜਾਂ ਸਚਨ ਧਾਪਨ ਉਹ ਜਿਹੜਾ ਲੀਡ ਕਰ ਰਿਹਾ ਸੀ ਸਲਮਾਨ ਖਾਨ ਨੂੰ ਜਦੋਂ ਮਾਰਨ ਦੇ ਲਈ ਚਾਰ ਵਾਰ ਪ੍ਰੈਨਿੰਗ ਕੀਤੀ ਤਾਂ ਪੰਡਿਤ ਨੇ ਦੱਸਿਆ ਕਿ ਲਾਰੈਂਸ ਨੇ ਜਿਹੜਾ ਚਾਰ ਵਾਰ ਹੁਣ ਤੱਕ ਸਲਮਾਨ ਖਾਨ ਦੀ ਰੈਕੀ ਕਰਵਾਈ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਮੂਸੇ ਵਾਲਾ ਦੇ ਇਸ ਵੱਡੇ ਕਾਤਲ ਪੰਡਿਤ ਨੇ ਜਿਹੜਾ ਇੱਕ ਤੋਂ ਇੱਕ ਵੱਧ ਕੇ ਨਵੇਂ ਖੁਲਾਸੇ ਕੀਤੇ ਨੇ ਦੱਸਦੇ ਕਿ ਸਲਮਾਨ ਖਾਨ ਨੂੰ ਮਾਰਨ ਦੇ ਲਈ 2018 ਦੇ ਵਿੱਚ ਜਿਹੜਾ ਸੰਪਤ ਨਹਿਰਾ ਨੂੰ ਸ਼ਾਪ ਸ਼ੂਟਰ ਸੰਪਤ ਨਹਿਰਾ ਨੂੰ ਮੁੰਬਈ ਭੇਜਿਆ ਗਿਆ ਸੀ ਤੇ ਉਸ ਤੋਂ ਬਾਅਦ ਸੰਤੋਸ਼ যাদਬ ਤੇ ਕਪਿਲ ਪੰਡਿਤ ਨੇ ਵੀ ਜਿਹੜਾ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਸਲਮਾਨ ਖਾਨ ਨੂੰ ਤੇ ਉਹ ਵੀ ਜਿਹੜਾ ਮੁੰਬਈ ਰਹੇ ਸਾਚਨ ਥਾਪਨ ਸਾਚਨ ਥਾਪਨ ਜੋ ਕਿ ਲੌਨਸ ਬਿਸ਼ਨੋਈ ਦਾ ਭਾਣਜਾ ਉਸਨੇ ਜਿਹੜਾ ਸਾਰਾ ਲੀਡ ਕਰਨਾ ਸੀ ਸੰਤੋਸ਼ যাদਬ ਤੇ ਕਪਲ ਪੰਡਤ ਨੂੰ ਤਾਂ ਦੱਸ ਦੇ ਕਿ ਹੁਣ ਸਲਮਾਨ ਖਾਨ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਕਪਲ ਪੰਡਤ ਦੀ ਜਿਉਂ-ਜਿਉਂ ਇੰਟਰੋਗੇਸ਼ਨ ਕੀਤਾ ਜਾਏਗਾ ਜਿਵੇਂ ਜਿਵੇਂ ਉਸ ਨੂੰ ਜਿਹੜਾ ਪੁੱਛਗੇ ਉਸ ਤੋਂ ਕੀਤੀ ਜਾਵੇਗੀ ਤਾਂ ਉਹ ਜਿਹੜਾ ਹੋਰ ਕਈ ਰਾਜ਼ ਖੋਲੇਗਾ ਕਿਉਂਕਿ ਕਪਲ ਪੰਡਤ ਉਹ ਕੜੀ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਕੇਸ ਕੇਸ ਦੇ ਵਿੱਚ ਸ਼ਾਮਲ ਸ਼ੂਟਰਾਂ ਨੂੰ ਪਨਾਹ ਦਿੱਤੀ ਉਹਨਾਂ ਨੂੰ ਠਹਿਰ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਕੱਲ ਨੇਪਾਲ ਬਾਰਡਰ ਤੋਂ ਜਦੋਂ ਗ੍ਰਿਫਤਾਰੀ ਹੁੰਦੀ ਹੈ ਫਿਰ ਦਿੱਲੀ ਲਿਆਂਦਾ ਤੇ ਦਿੱਲੀ ਤੋਂ ਬਾਅਦ ਪੰਜਾਬ ਲਿਆਂਦਾ ਤੇ ਅੱਜ ਕੋਰਟ ਦੇ ਵਿੱਚ ਸਵੇਰੇ ਪੇਚ ਵੀ ਕੀਤਾ ਜਾਂਦਾ ਤੇ ਨਾਲ ਹੀ 6 ਦਿਨਾਂ ਦਾ ਜਿਹੜਾ ਰਿਮਾਂਡ ਹਾਸਲ ਹੁੰਦਾ ਪੰਜਾਬ ਪੁਲਿਸ ਨੂੰ ਤੇ ਉਸ ਤੋਂ ਬਾਅਦ ਨਵੇਂ ਖੁਲਾਸੇ ਹੋਣੇ ਸ਼ੁਰੂ ਹੋ ਗਏ ਨੇ ਦੱਸਦੇ ਕਿ ਕਪਿਲ ਪੰਡਤ ਨੇ ਪਹਿਲਾ ਖੁਲਾਸਾ ਸਲਮਾਨ ਖਾਨ ਨੂੰ ਲੈ ਕੇ ਕੀਤਾ ਹੈ ਸਲਮਾਨ ਖਾਨ ਨੂੰ ਲੈ ਕੇ ਉਸਨੇ ਦੱਸਿਆ ਕਿ ਲਾਰੈਂਸ ਹੋਂ ਤੱਕ ਸਲਮਾਨ ਖਾਨ ਦੀ ਚਾਰ ਵਾਰ ਰੈਕੀ ਕਰਵਾ ਚੁੱਕਿਆ ਪਹਿਲਾ ਸਚਨ ਪਹਿਲਾ ਜਿਹੜਾ ਸੰਪਤ ਨਹਿਰਾ ਨੂੰ ਉਸਨੇ ਭੇਜਿਆ 2018 ਦੇ ਵਿੱਚ ਇੱਕ ਪਿਸਤਲ ਦੇ ਕੇ ਹਾਲਾਂਕਿ ਪਿਸਤਲ ਦੀ ਉਸ ਤੋਂ ਜਿਹੜਾ ਦੂਰੀ ਜਿਹੜੀ ਹੈ ਘੱਟ ਸੀ ਪਿਸਤਲ ਦੀ ਮਾਰ ਘੱਟ ਦੂਰੀ ਦੀ ਸੀ ਤਾਂ ਕਿ ਸਲਮਾਨ ਦੂਰ ਸੀ ਤੇ ਉਸ ਤੋਂ ਬਾਅਦ ਜਿਹੜਾ ਸਲਮਾਨ ਦੀ ਜਾਨ ਬਚ ਜਾਂਦੀ ਹੈ ਤੇ ਦੁਬਾਰਾ ਫਿਰ ਤੋਂ ਸੰਪਤ ਨਹਿਰਾ ਨੂੰ ਹੀ ਭੇਜਿਆ ਜਾਂਦਾ ਹੈਗਾ ਲਾਰੈਂਸ ਮਿਸ਼ਨੋਈ ਦੇ ਵੱਲੋਂ ਇੱਕ ਮਹਿੰਗੀ ਰਾਈਫਲ ਦੇ ਕੇ 4 ਲੱਖ ਦੀ ਕਰੀਬ ਕੀਮਤ ਦੱਸੀ ਜਾ ਰਹੀ ਹੈ ਇਸ ਰਾਈਫਲ ਦੀ ਜੋ ਜੋ ਕਾਪਲ ਪੰਡਤ ਆਪਣੇ ਇੰਟਰੋਗੇਸ਼ਨ ਦੌਰਾਨ ਮੰਨਿਆ ਤੇ ਉਸਨੇ ਕਿਹਾ ਕਿ ਕਾਪਲ ਪੰਡਤ ਖੁਦ ਤੇ ਨਾਲ ਉਸਦੇ ਸੰਤੋਸ਼ ਜਾਦਵ ਨੇ ਵੀ ਜਿਹੜਾ ਸਲਮਾਨ ਖਾਨ ਦੇ ਘਰ ਰਹਿ ਕੇ ਕੀਤੇ ਆ ਮੁੰਬਈ ਦੇ ਵਿੱਚ ਰਹੇ ਨੇ ਤੇ ਉਸ ਤੋਂ ਬਾਅਦ ਸੰਪਤ ਨੇਹਰਾ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਸਾਰਾ ਮਾਮਲਾ ਜਿਹੜਾ ਇਹ ਟਲ ਜਾਂਦਾ ਤਾਂ ਦੱਸਦੀ ਹੁਣ ਲਾਰੈਂਸ ਬਿਸ਼ਨੋਈ ਨੇ ਜਿਹੜਾ ਚਾਰ ਵਾਰ ਰੈਕੀ ਕਰਵਾਈ ਸਲਮਾਨ ਖਾਨ ਦੀ ਤੇ ਸਲਮਾਨ ਖਾਨ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਲਮਾਨ ਖਾਨ ਦੇ ਵੱਲੋਂ ਮੁੰਬਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਤੇ ਮੁਲਾਕਾਤ ਦੇ ਦੌਰਾਨ ਸਿਕਿਉਰਟੀ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਤੇ ਨਾਲ ਹੀ ਜਿਹੜਾ ਲਾਇਸੈਂਸ ਵੀ ਜਿਹੜਾ ਰਿਵਾਲਵਰ ਦਾ ਬਣਵਾਇਆ ਤੇ ਉਸ ਤੋਂ ਬਾਅਦ ਬੁਲਟ ਪ੍ਰੂਫ ਗੱਡੀ ਵੀ ਸਲਮਾਨ ਖਾਨ ਜਿਹੜਾ ਹੁਣ ਲੈ ਕੇ ਚੱਲਦੇ ਨੇ ਤੇ ਨਾਲ ਇੱਕ ਵੱਡਾ ਕਾਫਲਾ ਸਿਕਿਉਰਟੀ ਦਾ ਸਲਮਾਨ ਖਾਨ ਲੈ ਕੇ ਚੱਲ ਜਾਂਦਾ ਦੱਸ ਦਈਏ ਲੌਰੈਂਸ ਬਿਸ਼ਨੋਈ ਨੇ 2018 ਦੇ ਵਿੱਚ ਜੋਧਪੁਰ ਪੇਸ਼ੀ ਦੌਰਾਨ ਜੋਧਪੁਰ ਪੇਸ਼ੀ ਦੌਰਾਨ 2018 ਦੇ ਵਿੱਚ ਪਹਿਲੀ ਵਾਰ ਆਪਣੇ ਮੂੰਹੋਂ ਇਹ ਮੰਨਿਆ ਸੀ ਆਪਣੇ ਮੂੰਹੋਂ ਪਹਿਲੀ ਵਾਰ ਐਡਮਿਟ ਕੀਤਾ ਸੀ ਲਾਰੈਂਸ ਬਿਸ਼ਨੋਈ ਨੇ ਕਿ ਸਲਮਾਨ ਖਾਨ ਉਹਨਾਂ ਦੇ ਅਗਲੇ ਟਾਰਗੇਟ ਤੇ ਆ ਉਸਨੇ ਕਿਹਾ